ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਲਓ ਜੀ, ਸ਼ੁਰੂ ਕਰਦੇ ਹਾਂ ਵੀਡੀਓ। ਜਿਹਦੇ ਲਈ ਆਪਾਂ ਨੇ ਆਹ ਟਿੰਡੋ ਲੈ ਲਈ, ਟਿੰਡੋ ਆਪਾਂ ਨੇ ਛਿੱਲ ਲਈ, ਛਿੱਲ ਕੇ ਧੋ ਲਈ, ਵਿੱਚੇ ਵੱਡੀਆਂ ਨੇ ਵਿੱਚੇ ਛੋਟੀਆਂ ਨੇ, ਧੋ ਕੇ ਆਪਾਂ ਨੇ ਇਹਨਾਂ ਨੂੰ ਸੁਕਾ ਲਿਆ ਜੀ। ਇੱਧਰ ਆਪਾਂ ਨੇ ਪਿਆਜ਼ ਲੈ ਲਏ, ਪਿਆਜ਼ਾਂ ਨੂੰ ਵੀ ਆਪਾਂ ਨੇ ਛਿੱਲ ਲਿਆ, ਛਿੱਲ ਕੇ ਧੋ ਲਿਆ। ਹੁਣ ਇਹਨਾਂ ਨੂੰ ਆਪਾਂ ਕੱਟ ਲੈਂਦੇ ਹਾਂ, ਇੱਦਾਂ ਬਰੀਕ ਬਰੀਕ ਕੱਟ ਲੈਂਦੇ ਹਾਂ ਜੀ ਆਪਾਂ। ਨਾ ਬਹੁਤੇ ਵੱਡੇ ਅਤੇ ਨਾ ਬਹੁਤੇ ਛੋਟੇ। ਲਓ ਜੀ, ਪਿਆਜ਼ ਆਪਾਂ ਨੇ ਕੱਟ ਲਏ। ਹੁਣ ਇਹਨੂੰ ਆਪਾਂ ਗ੍ਰੈਂਡ ਤਾਂ ਨਹੀਂ ਕਰਾਂਗੇ, ਆਪਾਂ ਇਹਨੂੰ ਚੋਪਰ 'ਚ ਬਰੀਕ ਕਰਾਂਗੇ, ਚੋਪਰ ਦੇ ਵਿੱਚ ਪਾ ਲੈਂਦੇ ਹਾਂ। ਲਓ ਜੀ, ਆਪਾਂ ਪਿਆਜ਼ ਚੋਪਰ ਦੇ ਵਿੱਚ ਪਾ ਲਏ। ਹੁਣ ਇਹਨਾਂ ਨੂੰ ਆਪਾਂ ਪਿਆਜ਼ਾਂ ਨੂੰ ਚੋਪਰ ਕਰ ਲੈਂਦੇ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬਰੀਕ ਕਰ ਲਵਾਂਗੇ, ਕਿਉਂਕਿ ਜੇ ਮਿਕਸੀ 'ਚ ਕੁੱਟਦੇ ਆਪਾਂ ਜ਼ਿਆਦਾ ਪਾਣੀ ਜਾਂ ਜ਼ਿਆਦਾ ਬਰੀਕ ਹੋ ਜਾਣਗੇ। ਇਹਨਾਂ ਨੂੰ ਆਪਾਂ ਗੜਗੜਾ ਜਿਹਾ ਕਰਾਂਗੇ ਪਿਆਜ਼ਾਂ ਨੂੰ। ਲਓ ਜੀ, ਪਿਆਜ਼ ਆਪਣੇ ਚੋਪਰ ਹੋ ਗਏ, ਆਪਾਂ ਇਸੇ ਤਰ੍ਹਾਂ ਸਾਰੇ ਪਿਆਜ਼ਾਂ ਨੂੰ ਚੋਪਰ ਕਰ ਲੈਣੇ। ਲਓ ਜੀ, ਇੱਧਰ ਆਪਾਂ ਨੇ ਪਿਆਜ਼ ਚੋਪਰ ਕਰ ਲਏ, ਦੇਖੋ ਪੂਰੇ ਬਰੀਕ ਹੋ ਗਏ। ਇੱਧਰ ਆਪਾਂ ਨੇ ਦੋ ਟਮਾਟਰ, 5-6 ਹਰੀਆਂ ਮਿਰਚਾਂ ਕੱਟ ਲਈਆਂ, ਕਿਉਂਕਿ ਆਪਾਂ ਲਾਲ ਮਿਰਚ ਨਹੀਂ ਪਾਵਾਂਗੇ ਜੀ, ਆਪਾਂ ਹਰੀਆਂ ਮਿਰਚਾਂ ਨਾਲੇ ਸਬਜ਼ੀ ਬਣਾਵਾਂਗੇ। ਇੱਧਰ ਆਪਾਂ ਗੈਸ ਬਾਲਦੇ ਹਾਂ, ਪੈਨ ਧਰ ਲੈਂਦੇ ਹਾਂ, ਉੱਪਰ ਪੈਨ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲੈਂਦੇ ਹਾਂ। ਲਓ ਜੀ, ਪੈਨ ਆਪਣਾ ਚੰਗੀ ਤਰ੍ਹਾਂ ਸੁੱਕ ਗਿਆ, ਪਾਣੀ ਗਰਮ ਹੋ ਗਿਆ, ਕਿਉਂਕਿ ਧੋਤੇ ਬਿਨਾਂ ਆਪਾਂ ਨਹੀਂ ਬਣਾ ਦਿੰਦੇ, ਪਹਿਲਾਂ ਧੋਨੇ ਹਾਂ ਹਰੇਕ ਚੀਜ਼ ਨੂੰ ਫਿਰ ਬਣਾਉਣ। ਲਓ ਜੀ, ਇਹਦੇ ਵਿੱਚ ਆਪਾਂ ਸਰ੍ਹੋਂ ਦਾ ਤੇਲ ਐਡ ਕਰ ਲੈਂਦੇ ਹਾਂ, ਕਿਉਂਕਿ ਮੈਨੂੰ ਆਦਤ ਹੈ ਜੀ ਸਿਵਕੀਆਂ ਫਿਰੀ ਜਾਂਦੀਆਂ ਨੇ, ਹੁੰਦਾ ਵੀ ਹਰੇਕ ਚੀਜ਼ ਨੂੰ ਧੋ ਕੇ ਵਰਤੋਂ। ਆਪਾਂ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਂਦੇ ਹਾਂ, ਕਾਢ ਲੈਂਦੇ ਹਾਂ। ਲਓ ਜੀ, ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ। ਹੁਣ ਜਿਹੜੇ ਆਪਾਂ ਪਿਆਜ਼ ਚੋਪਰ ਕਰਕੇ ਰੱਖੇ ਤੇ ਉਹ ਤੇਲ ਦੇ ਵਿੱਚ ਐਡ ਕਰ ਲੈਂਦੇ ਹਾਂ। ਮਿਕਸ ਕਰ ਲੈਂਦੇ ਹਾਂ। ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਪਿਆਜ਼ਾਂ ਨੂੰ, ਜਿੰਨੀ ਦੇਰ ਤੱਕ ਆਪਣੇ ਪਿਆਜ਼ ਚੰਗੀ ਤਰ੍ਹਾਂ ਭੁੱਜ ਨਹੀਂ ਜਾਂਦੇ, ਘੀ ਨਹੀਂ ਛੱਡ, ਤੇਲ ਨਹੀਂ ਛੱਡ ਦਿੰਦੇ, ਉੱਨੀ ਦੇਰ ਤੱਕ ਆਪਾਂ ਪਿਆਜ਼ਾਂ ਦੀ ਭੁਨਾਈ ਕਰਾਂਗੇ। ਪਿਆਜ਼ ਆਪਣੇ ਚੰਗੀ ਤਰ੍ਹਾਂ ਭੁੰਨੇਗਾ, ਘੀ ਛੱਡਤਾ, ਤੇਲ ਆਪਣੇ ਪਿਆਜ਼ਾਂ ਨੇ ਛੱਡਤਾ। ਹੁਣ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਜੀਰਾ ਐਡ ਕਰ ਲੈਂਦੇ ਹਾਂ, ਜੀਰੇ ਨੂੰ ਭੁੰਨ ਲੈਂਦੇ ਹਾਂ ਆਪਾਂ। ਜੀਰਾ ਆਪਣਾ ਭੁੰਨਿਆ ਗਿਆ, ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਜੀਰੇ ਨੂੰ ਮਿਕਸ ਕਰ ਦਿੰਦੇ ਹਾਂ। ਹੁਣ ਆਪਾਂ ਟਮਾਟਰ ਅਤੇ ਹਰੀ ਮਿਰਚ ਕੱਟ ਕੇ ਰੱਖੀ ਤੀ, ਇਹਨਾਂ ਨੂੰ ਵਿੱਚ ਐਡ ਕਰ ਦਿੰਦੇ ਹਾਂ, ਰਲਾ ਲੈਂਦੇ ਹਾਂ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ।
ਲਓ ਜੀ ਮਸਾਲਾ ਆਪਣਾ ਪਿਆਜ਼ ਅਤੇ ਟਮਾਟਰ ਹਰੀ ਮਿਰਚ ਚੰਗੀ ਤਰ੍ਹਾਂ ਮਿਕਸ ਹੋ ਗਏ। ਹੁਣ ਇਹਦੇ ਵਿੱਚ ਆਪਾਂ ਕਰਦੇ ਹਾਂ ਸੁੱਕੇ ਮਸਾਲੇ ਐਡ। ਆਪਾਂ ਗਰਮੀਆਂ ਕਰਕੇ ਬਾਹਲੇ ਮਸਾਲੇ ਵਿੱਚ ਨਹੀਂ ਐਡ ਕਰਾਂਗੇ ਜੀ, ਜੀਰਾ ਹੀ ਪਾਵਾਂਗੇ ਇਕੱਲਾ। ਹਲਦੀ ਐਡ ਕਰ ਲੈਂਦੇ ਹਾਂ, ਨਮਕ ਪਾ ਲੈਂਦੇ, ਲਾਲ ਮਿਰਚ ਆਪਾਂ ਨਹੀਂ ਪਾਵਾਂਗੇ ਕਿਉਂਕਿ ਆਪਾਂ ਨੇ ਹਰੀ ਮਿਰਚ ਪਾ ਲਈ ਜੀ। ਹੁਣ ਇਹਨਾਂ ਨੂੰ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਇਹਨੂੰ ਮਸਾਲੇ ਨੂੰ ਆਪਾਂ ਚੰਗੀ ਦੇਰ ਤੱਕ ਉਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣੇ ਸਾਰੇ ਮਸਾਲੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ। ਹਲਦੀ ਪੱਕ ਜੂ, ਦੋ ਚਾਰ ਮਿੰਟ ਲਈ ਆਪਾਂ ਮਸਾਲਾ ਪਕਾ ਲੈਂਦੇ ਹਾਂ। ਮਸਾਲਾ ਆਪਣਾ ਬਣ ਗਿਆ, ਠੰਡਾ ਹੋ ਗਿਆ। ਇਹ ਆਪਾਂ ਨੇ ਪੈਨ 'ਚੋਂ ਬਾਹਰ ਕੱਢ ਲਿਆ ਸੀ, ਚੰਗੀ ਤਰ੍ਹਾਂ ਭੁੱਜ ਗਿਆ ਅਤੇ ਹੁਣ ਇਹ ਠੰਡਾ ਵੀ ਹੋ ਗਿਆ। ਇੱਧਰ ਆਪਾਂ ਨੇ ਪੈਨ ਦੁਬਾਰੇ ਧਰ ਲਿਆ। ਹੁਣ ਇਹਦੇ ਵਿੱਚ ਆਪਾਂ ਸਰਸੋਂ ਦਾ ਤੇਲ ਐਡ ਕਰਦੇ ਹਾਂ। ਲਓ ਜੀ ਪੈਨ ਆਪਣਾ ਗਰਮ ਹੋ ਗਿਆ, ਹੁਣ ਇਹਦੇ ਵਿੱਚ ਪਾ ਲੈਂਦੇ ਹਾਂ ਸਰਸੋਂ ਦਾ ਤੇਲ। ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਂਦੇ ਹਾਂ, ਕਾਢ ਲੈਂਦੇ ਹਾਂ ਚਾਰ ਪੀਸ ਇਹਦੇ ਬਣਾ ਲੈਂਦੇ ਹਾਂ। ਜਿਹੜਾ ਮਸਾਲਾ ਆਪਾਂ ਨੇ ਤਿਆਰ ਕਰਿਆ ਤੇ ਇਹ ਮਸਾਲੇ ਨੂੰ ਆਪਾਂ ਇੱਦਾਂ ਠੰਡੋ ਦੇ ਵਿੱਚ ਪਾ ਦਿੰਦੇ ਹਾਂ। ਜਿਹੜੀ ਵੱਡੀ ਹੈ ਜੀ ਉਹਦੇ ਆਪਾਂ ਵੱਧ ਪੀਸ ਬਣਾ ਲਵਾਂਗੇ, ਜਿਹੜੀ ਛੋਟੀ ਆ ਉਹਦੇ ਆਪਾਂ ਚਾਰ ਪੀਸ ਬਣਾ ਲਵਾਂਗੇ। ਇੱਦਾਂ ਬਣਾ ਬਣਾ ਕੇ ਆ ਜਿਹੜੀ ਵੱਡੀ ਆ ਇਹਦੇ ਆਪਾਂ ਇੱਕ ਕੱਟ ਵੱਧ ਪਾ ਦੇਵਾਂਗੇ, ਇੱਦਾਂ ਪਾ ਦੇਵਾਂਗੇ। ਇਹਨੂੰ ਵੀ ਆਪਾਂ ਮਸਾਲੇ ਨਾਲ ਭਰ ਦਿੰਦੇ ਹਾਂ। ਕਿਉਂਕਿ ਚਮਚਿਆਂ ਨਾਲ ਲੋਟ ਨਹੀਂ ਆਉਂਦਾ ਜੀ, ਲਓ ਜੀ ਇਸੇ ਤਰ੍ਹਾਂ ਆਪਾਂ ਸਾਰੀਆਂ ਟਿੰਡੋਆਂ ਨੂੰ ਭਰ ਲੈਣਾ। ਇੱਦਾਂ ਹੀ ਆਪਾਂ ਸਾਰੀਆਂ ਟਿੰਡੋਆਂ ਭਰ ਕੇ ਤਿਆਰ ਕਰ ਲੈਂਦੇ ਹਾਂ। ਕੱਟ ਲਗਾ ਲਗਾ, ਚਲੋ ਜੀ ਸਾਰੀਆਂ ਟਿੰਡੋਆਂ ਨੂੰ ਭਰ ਕੇ ਆਪਾਂ ਫਿਰ ਮਿਲਦੇ ਹਾਂ ਤੁਹਾਨੂੰ। ਲਓ ਜੀ ਟਿੰਡੋ ਆਪਣੇ ਸਾਰੀ ਭਰ ਲਈ, ਦੇਖੋ ਸਾਰੀ ਆਪਾਂ ਨੇ ਭਰ ਲਈ ਟਿੰਡੋ। ਇੱਧਰ ਆਪਣਾ ਤੇਲ ਗਰਮ ਹੋ ਗਿਆ, ਹੁਣ ਆਪਾਂ ਇਕੱਲੀ ਇਕੱਲੀ ਟਿੰਡੋ ਨੂੰ ਤੇਲ ਦੇ ਵਿੱਚ ਰੱਖ ਦਿੰਦੇ ਹਾਂ। ਸਾਰੀਆਂ ਟਿੰਡੋ ਆਪਾਂ ਇੱਦਾਂ ਹੀ ਸਿੱਧਿਆਂ ਵਿੱਚ ਰੱਖ ਦੇਵਾਂਗੇ। ਚਲੋ ਜੀ ਆਪਾਂ ਇੱਦਾਂ ਹੀ ਸਾਰੀਆਂ ਟਿੰਡੋਆਂ ਨੂੰ ਤੇਲ ਦੇ ਵਿੱਚ ਰੱਖ ਦਿੰਦੇ ਹਾਂ। ਲਓ ਜੀ ਟਿੰਡੋ ਆਪਣੀ ਚੰਗੀ ਤਰ੍ਹਾਂ ਪੱਕਣ ਲੱਗ ਗਈ। ਹੁਣ ਆਪਾਂ ਜਿਹੜੀਆਂ ਹੇਠਾਂ ਸੀ ਉਹਨਾਂ ਨੂੰ ਹਲਕੇ ਨਾਲ ਬਹੁਤੀ ਨਮੀਆਂ ਕਰਾਂਗੇ, ਉੱਪਰ ਕਰ ਦਿੰਦੇ ਹਾਂ। ਜਿਹੜੀ ਉੱਪਰ ਵਾਲੀਆਂ ਨੇ ਉਹਨਾਂ ਨੂੰ ਨੀਚੇ ਕਰ ਦਿੰਦੇ ਹਾਂ ਤਾਂ ਜੋ ਸਾਰੀਆਂ ਟਿੰਡਾਂ ਨੂੰ ਚੰਗੀ ਤਰ੍ਹਾਂ ਤੇਲ ਲੱਗ ਜਾਵੇ।
ਮਿੱਠੀ ਮਿੱਠੀ ਅੱਗ 'ਤੇ ਆਪਾਂ ਇਹਨੂੰ ਸਾਰੇ ਟਿੰਡੋਆਂ ਨੂੰ ਪਕਾ ਲਵਾਂਗੇ। ਹੁਣ ਆਪਣੀਆਂ ਸਾਰੀਆਂ ਟਿੰਡੋਆਂ ਨੂੰ ਤੇਲ ਲੱਗ ਗਿਆ। ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਂਦੇ ਹਾਂ। ਮੱਠੀ ਅੱਗ ਕਰ ਦਿੰਦੇ ਹਾਂ ਆਪਾਂ ਇਹਨਾਂ ਨੂੰ ਮੱਠੀ ਮੱਠੀ ਅੱਗ 'ਤੇ ਫਰਾਈ ਕਰ ਲੈਂਦੇ ਹਾਂ। ਲਓ ਜੀ ਟਿੰਡੋ ਆਪਣੀ ਫਰਾਈ ਹੋ ਗਈ। ਜਿਹੜੀ ਤਾਂ ਬਰੀਕ ਤੀ ਉਹ ਤਾਂ ਘੁਲ ਗਈ, ਜਿਹੜੀ ਦੂਜੀ ਆ ਉਹ ਆਪਣੀ ਇੱਦਾਂ ਰਹਿ ਗਈ ਮੋਟੀ ਮੋਟੀ। ਇੱਥੇ ਸਾਫ਼ ਰਹਿ ਗਈ, ਜਿਹੜੀ ਜ਼ਿਆਦਾ ਕੱਚੀ ਤੀ ਜੀ ਉਹ ਥੋੜ੍ਹੀ ਜਿਹੀ ਘੁਲ ਗਈ। ਬਹੁਤ ਟੇਸਟੀ ਬਣਦੀ ਹੈ ਜੀ ਕਰੇਲਿਆਂ ਵਾਂਗੂ ਇੱਦਾਂ। ਹੁਣ ਜਿਹੜਾ ਆਹ ਮਸਾਲਾ ਆਪਣਾ ਬਚ ਗਿਆ ਜੀ ਇਹਨੂੰ ਵੀ ਆਪਾਂ ਵਿੱਚੇ ਪਾ ਦਿੰਦੇ ਹਾਂ। ਮਸਾਲਾ ਆਪਣਾ ਬਚ ਗਿਆ ਜਿਹੜਾ ਆਪਾਂ ਤਿਆਰ ਕਰਿਆ ਜੀ, ਕਿਉਂਕਿ ਕੈਮਰਾ ਮੇਰੇ ਹੱਥ ਦੇ ਵਿੱਚ ਹੈ ਜੀ, ਮੈਂ ਇੱਕ ਹੱਥ ਨਾਲ ਵੀਡੀਓ ਬਣਾ ਰਹੀ ਹਾਂ। ਅਤੇ ਮਸਾਲਾ ਆਪਾਂ ਇਹਦੇ ਵਿੱਚ ਐਡ ਕਰ ਦਿੰਦੇ ਹਾਂ। ਲਓ ਜੀ ਮਸਾਲਾ ਆਪਾਂ ਨੇ ਐਡ ਕਰਤਾ। ਹੁਣ ਇਹਨੂੰ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਫੈਲਾ ਦਿੰਦੇ ਹਾਂ ਸਾਰੀ ਵਿੰਡੋ ਦੇ ਉੱਤੇ। ਇਹ ਟਿੰਡੋ ਨੇ ਘੋਲਣਾ ਤਾਂ ਆਪਾਂ ਨੂੰ ਪਤਾ ਹੀ ਪੀ ਜੀ ਹੈਗਾ, ਜਿਹੜਾ ਆਪਾਂ ਮਸਾਲਾ ਵਿੱਚ ਭਰਦੇ ਉਹ ਅੰਦਰ ਤੱਕ ਚਲਾ ਜਾਂਦਾ ਇਹਦੇ, ਫਿਰ ਫਿਕਲੀ ਜੀ ਨਹੀਂ ਰਹਿੰਦੀ ਜੀ, ਮੈਂ ਫਿੱਕੀ ਫਿੱਕੀ ਜੀ ਰਹਿ ਜਾਂਦੀ ਹੈ। ਹੁਣ ਇਹਨੂੰ ਆਪਾਂ ਬਸ ਮਸਾਲੇ ਪੱਕੇ ਹੋਏ ਨੇ ਟਿੰਡੋ ਵੀ ਆਪਣੀ ਬਣ ਗਈ, ਇੱਕ ਦੋ ਮਿੰਟ ਲਈ ਹੋਰ ਪਕਾ ਲੈਂਦੇ ਹਾਂ, ਫਿਰ ਆਪਾਂ ਪਲੇਟ ਦੇ ਵਿੱਚ ਪਾਉਂਦੇ ਹਾਂ। ਲਓ ਜੀ ਟਿੰਡੋ ਦੀ ਸਬਜ਼ੀ ਆਪਣੀ ਬਣ ਗਈ, ਹੁਣ ਆਪਾਂ ਕੌਲੀ ਦੇ ਵਿੱਚ ਪਾ ਲੈਂਦੇ ਹਾਂ। ਥੋੜ੍ਹਾ ਜਿਹਾ ਆਪਾਂ ਉੱਪਰ ਪਾ ਲੈਂਦੇ ਹਾਂ ਮਸਾਲਾ। ਲਓ ਜੀ ਆਪਣੀ ਟਿੰਡੋ ਦੀ ਸਬਜ਼ੀ ਬਣ ਕੇ ਤਿਆਰ ਆ। ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।